ब्रेक तो बाद स्वागत है जी, विचार वटांदरा जारी है जी तुहाडे नाल, और जानने की कोशिश करते हैं कि इस मतलब तुसी अज साडे नाल की कुछ साझा करना चाहते हो। बहुत सारी कॉल्स सानू आ रही हैं, असी जानना चाहते हैं कि साडे दर्शक अज दे मुद्दे दे उत्ते जिहड़ा टॉपिक असी लैके आए हैं, और इंडिपेंडेंस डे 72 ईयरस हो गए भारत की आज़ादी नूं, कीड़ी कीड़ी गलों की लोड़ हैगी है और किस दिशा वल वधना चाहिए, वो अज असी विचार जान रहे हैं। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ ਜੀ। ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਵੈਸੇ ਤੇ ਭੂਗੋਲ ਸਾਹਿਬ ਨੇ ਸਾਰਾ ਵਿਆਖਿਆ ਦੇ ਨਾਲ ਜੀ ਦੱਸ ਦਿੱਤਾ ਹੈਗਾ ਕਿ ਜਿਹੜੀ ਅਸਲੀ ਮੈਂ ਨਹੀਂ, ਸਾਨੂੰ ਆਜ਼ਾਦੀ ਨਹੀਂ ਮਿਲੀ ਹੈਗੀ ਜੀ, ਤੇ ਜਸਟ ਪੇਪਰ ਦੇ ਵਿੱਚ ਹੀ ਹੈ ਜੀ। ਮੈਂ ਆਪਣਾ ਫੋਕਸ ਪੰਜਾਬ ਦੇ ਵਿੱਚ ਕਰਕੇ ਚਾਹੁੰਦਾ ਜੀ, ਜ਼ਰੂਰ ਕਰੋ ਜੀ। ਸਾਡੇ ਪੰਜਾਬੀਆਂ ਨੂੰ, ਸਪੈਸ਼ਲੀ ਸਿੱਖਾਂ ਨੂੰ ਜੀ, ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਦੇ ਵਿੱਚ ਅਣਖ ਦੇ ਨਾਲ ਜੀ, ਅਣਖ ਦੇ ਨਾਲ ਆਪਣੀ ਬੋਲੀ ਤੇ ਸਭਿਅਤਾ ਨੂੰ ਕਾਇਮ ਰੱਖਦਿਆਂ ਜੀ, ਇੰਨੀ ਇਹ ਆਜ਼ਾਦੀ ਹੋਣੀ ਚਾਹੀਦੀ ਆ ਜੀ। ਸਾਡੀ ਸਿੱਖ ਹਿਸਟਰੀ ਦੇ ਨਾਲ ਕੋਈ ਛੇੜਖਾਨੀ ਨਾ ਹੋਵੇ ਜੀ। ਕਿਸੇ ਪੰਜਾਬੀ ਸਿੱਖ ਨੂੰ ਜੇ ਪਾਸਪੋਰਟ ਚਾਹੀਦਾ ਤਾਂ ਉਹਨੂੰ ਕਹਿਣ ਪਗੜੀ ਨਾ ਉਤਾਰੀ ਜਾਵੇ ਜੀ। ਸਾਡੇ ਨਿਸ਼ਾਨ ਸਾਹਿਬ ਦੇ ਉੱਤੇ ਕੋਈ ਟਿਕਟ ਨਾ ਕੀਤੀ ਜਾਵੇ ਜੀ। ਮਤਲਬ ਜਿਹੜੇ ਪਿਛਲੇ ਮੁੱਦੇ ਹੋ ਚੁੱਕੇ ਆ ਨਾ, ਮੈਂ ਉਹਨਾਂ ਦੇ ਉੱਤੇ ਕਹਿੰਦਾ ਜੀ, ਉਹਨਾਂ ਤੋਂ ਸਾਨੂੰ ਛੁਟਕਾਰਾ ਮਿਲੇ ਜੀ। ਆਜ਼ਾਦੀ ਦੇ ਨਾਲ ਅਸੀਂ ਘੁੰਮ ਫਿਰ ਸਕੀਏ, ਆਜ਼ਾਦੀ ਦੇ ਨਾਲ ਅਣਖ ਦੇ ਨਾਲ ਸਿਰ ਉੱਚਾ ਚੁੱਕ ਕੇ ਜੀ, ਆਪਣੇ ਬੋਲੀ ਤੇ ਆਪਣੇ ਮਜ਼ਹਬ ਨੂੰ, ਆਪਣੇ ਸਭਿਅਤਾ ਨੂੰ ਕਾਇਮ ਰੱਖਦਿਆਂ ਜੀਣ ਦਾ ਹੱਕ ਹੋਵੇ ਜੀ। ਜੀ ਜੀ ਬਿਲਕੁਲ। ਸੋ ਇਹ ਚੀਜ਼ਾਂ ਇਸ ਲਈ ਹੈ ਨਹੀਂ ਹੋ, ਪ੍ਰੈਕਟੀਕਲੀ ਨਹੀਂ ਹੈਗੀਆਂ, ਕੋਈ ਵਿਕਾਸ ਦੀ ਗੱਲ ਨਹੀਂ। ਫਿਰ ਜਿਹੜੇ ਪਿਛਲੇ ਆਏ ਸੀਗੇ ਨਾ ਆਪਣੇ ਭੁੱਲਰ ਸਾਹਿਬ ਜੀ, ਮੈਂ ਬਹੁਤਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗਾ ਜੀ। ਵਿਕਾਸ ਦੀ ਗੱਲ ਕਰਦੇ ਸੀ, ਕੋਈ ਵਿਕਾਸ ਨਹੀਂ ਹੋਇਆ। ਫਿਰ ਉਹ ਕਹਿੰਦੇ ਜੀ ਜੇ ਤੁਸੀਂ ਫਾਈਟ ਕਰਨਾ ਤਾਂ ਇੰਡੀਆ ਜਾ ਕੇ ਕਰੋ ਜੀ, ਵਿਚ ਆਈ ਡੋਂਟ ਐਗਰੀ ਟੂ ਦੈਟ। ਇੰਡੀਆ ਗਏ ਤੁਸੀਂ, ਉੱਥੇ ਆਵਾਜ਼ ਖਾਈ ਪਾਉਂਦੀ, ਜੇਲ੍ਹ ਦੇ ਵਿੱਚ ਪਾ ਲੈਣਾ ਉੱਥੇ ਉਹਨਾਂ ਨੇ ਜੀ। ਸੋ ਆਪਣੇ ਅਗਰ ਅਸੀਂ ਇੱਥੇ ਬਾਹਰ ਰਹਿੰਦਿਆਂ ਵੀ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਆਪਣੇ ਹੱਕਾਂ ਵਾਸਤੇ, ਉਹਦੇ ਵਿੱਚ ਕੋਈ ਹੱਕ ਕੀ ਲੱਗਦਾ ਤੁਹਾਨੂੰ ਜਸਪਾਲ ਜੀ, ਕਿਹੜੇ ਕਿਹੜੇ ਕੰਟਰੀਬਿਊਸ਼ਨਸ ਦੀ ਲੋੜ ਹੈ ਐਨਆਰਆਈ ਭਰਾਵਾਂ ਨੂੰ, ਸਾਨੂੰ ਸਿੱਖ ਡਾਇਸਪੋਰਾ ਨੂੰ ਕਿਹੜੇ ਕਿਹੜੇ ਗੱਲਾਂ ਦੀ ਲੋੜ ਹੈਗੀ ਹੈ, ਔਰ ਕਿਹੜੇ ਕਿਹੜੇ ਯੋਗਦਾਨ ਪਾਏ ਜਾ ਸਕਦੇ ਹਨ? ਸਾਨੂੰ ਇੱਥੋਂ ਅਸੀਂ ਮਤਲਬ ਇਹ ਵੀ ਜਿਸ ਤਰ੍ਹਾਂ ਵੀ ਪ੍ਰੈਸ਼ਰ ਪਾਵੇ ਜੀ, ਅਸੀਂ ਜਿਸ ਤਰ੍ਹਾਂ ਹੁਣ ਮੈਂ ਉਹਦੇ ਅਗੇਂਸਟ ਨਹੀਂ ਹੈਗਾ ਜਿਹੜਾ ਉਹਨਾਂ ਨੇ 2020 ਦਾ ਰੱਖਿਆ ਸੀਗਾ ਜੀ, ਕਿ ਉਹਦੇ ਨਾਲ ਥੋੜ੍ਹਾ ਜਿਹਾ ਫਰਕ ਪਿਆ ਹੈਗਾ। ਅਸੀਂ ਬਾਹਰੋਂ ਆਜ਼ਾਦੀ ਆਪਣੇ ਜਿਹੜੇ ਹੱਕ ਹੈ ਉਹਨਾਂ ਵਾਸਤੇ ਅਗਰ ਇਹਦੇ ਆਵਾਜ਼ ਉਠਾਉਣੇ ਆ ਤੇ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਜੀ, ਐਂਡ ਇਜ਼ ਨੋ ਹਾਰਮ। ਅਸੀਂ ਦੇਖਿਆ ਜਾਵੇ ਤੇ ਸਾਡੇ ਅਸੀਂ ਵੈਸਟਰਨ ਕੰਟਰੀਜ਼ ਰਹਿੰਦੇ ਹਾਂ, ਅਮਰੀਕਾ, ਕੈਨੇਡਾ ਜੀ, ਹੈਨੀ ਜੀ, ਯੂਰਪ ਦੀ ਹੋਰ ਕੰਟਰੀਜ਼ ਦੇ ਵਿੱਚ ਜੀ, ਇੰਗਲੈਂਡ ਦੇ ਵਿੱਚ ਜੀ, ਤੁਸੀਂ ਦੇਖੋ ਕਿ ਝਾਤੀ ਮਾਰ ਕੇ ਦੇਖੋ ਸਾਡੇ ਸਿੱਖਾਂ ਨੂੰ, ਸਪੈਸ਼ਲੀ ਪੰਜਾਬੀਆਂ ਨੂੰ, ਸਿੱਖਾਂ ਨੂੰ ਇੱਥੇ ਜ਼ਿਆਦਾ ਰਿਸਪੈਕਟ ਤੇ ਮਾਣ ਮਿਲਦਾ। ਬਿਲਕੁਲ, ਅਸੀਂ ਕਹਿੰਦੇ ਹਾਂ ਔਰ ਅਕਸਰ ਅਸੀਂ ਇਸ ਗੱਲ ਨੂੰ ਜ਼ਰੂਰ ਕਹਿੰਦੇ ਹਾਂ ਕਿ ਦੇਖੋ ਉਸ ਮੁਲਕ ਦੇ ਵਿੱਚ ਜਿਸ ਮੁਲਕ ਦਾ ਪੰਜਾਬੀਆਂ ਦਾ ਸ਼ੁਰੂ ਤੋਂ, ਯਾਨੀ ਕਿ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਪੰਜਾਬੀਆਂ ਦਾ, ਅੱਜ ਉਹਨਾਂ ਮੁਲਕਾਂ ਦੇ ਵਿੱਚ ਪ੍ਰਧਾਨ ਮੰਤਰੀ ਦਾਅਵੇਦਾਰੀ ਨੂੰ ਠੋਕਣਾ ਔਰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਆਪਣੀ ਗੱਲ ਨੂੰ ਰੱਖਣਾ ਔਰ ਦਾਅਵੇਦਾਰੀ ਪੇਸ਼ ਕਰਨਾ ਤੇ ਬਹੁਤ ਵੱਡੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ। ਤੁਸੀਂ ਇੱਧਰ ਦੇਖੋ, ਤੁਸੀਂ ਕੈਨੇਡਾ ਦੇ ਵਿੱਚ ਕਿੰਨੀ ਮਾਣ ਦੀ ਗੱਲ ਹੈ ਕਿ ਡਿਫੈਂਸ ਮਿਨਿਸਟਰ ਪਗੜੀ ਵਾਲਾ ਸਿੰਘ ਨੂੰ ਬਣਾਇਆ ਜੀ 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 ਜੀ। ਉੱਥੇ ਅਮਰੀਕਾ ਦੇ ਵਿੱਚ ਇੱਕ ਜਿਹੜਾ ਪੁਲਿਸ ਦਾ ਚੀਫ ਆਫਿਸਰ ਹੈਗਾ ਜੀ, ਹੀ ਇਜ਼ ਅ ਸਿੱਖ ਜੀ। ਇੱਥੇ ਇੰਗਲੈਂਡ ਦੇ ਵਿੱਚ ਇੰਨੇ ਅਹੁਦਿਆਂ ਦੇ ਉੱਤੇ ਹੈਗੇ ਸਾਡੇ ਲੋਕ ਜੀ ਜੀ ਜੀ, ਤੁਹਾਨੂੰ ਲੱਗਦਾ ਕਿ ਯੂਕੇ ਦੇ ਵਿੱਚ ਤੁਹਾਨੂੰ ਆਜ਼ਾਦੀ ਹੈ, ਉੱਥੇ ਆਜ਼ਾਦੀ ਨਹੀਂ ਹੈਗੀ? ਮੋਰ ਸਾਡੇ, ਸਾਨੂੰ ਇੱਥੇ ਜ਼ਿਆਦਾ ਆਜ਼ਾਦੀ ਆ। ਜ਼ਿਆਦਾ ਦੇਖੋ, ਅਸੀਂ ਸਾਡੇ ਬੱਚੇ ਇੱਥੇ ਤੁਸੀਂ ਦੇਖੋ, ਦੇ ਆਰ ਔਨ ਵੈਰੀ ਵੈਰੀ ਗੁੱਡ ਜੋਬਸ ਜੀ, ਯੂ ਕਾਂਟ ਇਮੇਜਿਨ ਜੀ ਜੀ, ਇੰਗਲੈਂਡ ਦੇ ਵਿੱਚ ਜੀ
ਹੁਣ ਅਸੀਂ ਅਸੀਂ ਤਾਂ ਆਏ ਬਹੁਤ ਪੁਰਾਣੇ ਆ, ਜਿਹੜੀ ਨਵੀਂ ਜੋ ਜਨਰੇਸ਼ਨ ਹੈਗੀ ਆ ਦੇ ਆਰ ਹੈਡ ਆਫ ਦੀ ਬਹੁਤ ਬਹੁਤ ਧੰਨਵਾਦ ਜਸਪਾਲ ਜੀ। ਸਾਨੂੰ ਹੋਰ ਵੀ ਬਹੁਤ ਸਾਰੇ ਕਾਲਰ ਕਾਲ ਕਰ ਰਹੇ ਨੇ, ਉਹਨਾਂ ਦੇ ਵੀ ਅਸੀਂ ਕਾਲਸ ਲੈ ਲਈਏ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ। ਸਤਿ ਸ੍ਰੀ ਅਕਾਲ ਹਰਭਜਨ ਸਿੰਘ ਜੀ, ਠੀਕ ਹੋ? ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗਾ ਜੀ ਕਿ ਯੂ ਡ੍ਰੈਸਡ ਅਪ ਵੈਰੀ ਨਾਈਸਲੀ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਆਲਵੇਜ਼ ਯੂ ਕਮ ਨਾਈਸਲੀ ਡ੍ਰੈਸਡ ਅਪ। ਥੈਂਕ ਯੂ ਵੈਰੀ ਮੱਚ, ਮਿਹਰਬਾਨੀ ਬਹੁਤ ਬਹੁਤ, ਰੀਅਲੀ ਐਪਰੀਸ਼ੀਏਟ। ਥੈਂਕ ਯੂ। ਬਾਕੀ ਮਤਲਬ ਜਿਹਨਾਂ ਕੁਛ ਲੋਕ ਕੱਲ ਇੱਕ ਆਦਮੀ ਆਏ ਸੀ ਉਹ ਤੁਹਾਨੂੰ ਬਲੇਮ ਕਰ ਰਹੇ ਸੀ, ਉਹ ਆਦਮੀ ਨੂੰ ਚਾਹੀਦਾ ਉਹਨੇ ਟਾਈਮ ਵੇਸਟ ਕਰ ਦਿੱਤਾ। ਤੂੰ ਕਿਸੇ ਦਾ ਸਾਥ ਕਿਸੇ ਨਾਲ ਤੂੰ ਪੱਖਪਾਤ ਨਹੀਂ ਕਰਦਾ, ਬੜਾ ਹੀ ਕੰਪਿਊਟਰ ਕਿਸਮ ਦਾ ਜਿਹਨੂੰ ਤੇਰੇ ਆਪਣੇ ਵੀ ਖਿਆਲ ਹੈ। ਮੈਂ ਆਪ ਨੋਟਿਸ ਕੀਤਾ ਕਿ ਯੂ ਆਰ ਵਨ ਆਫ ਦਾ ਬੈਸਟ, ਯੂ ਆਰ ਵਨ ਆਫ ਦਾ ਬੈਸਟ ਯੂ ਨੋ ਐਂਕਰ ਆਫ ਐਵਰ ਮੈਟ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੂੰ ਪੱਖਪਾਤ ਨਹੀਂ ਕਰਦਾ ਯੂ ਨੋ ਜੀ ਜੀ, ਹਰ ਇੱਕ ਆਦਮੀ, ਕੱਲ ਇੱਕ ਆਦਮੀ ਆਇਆ ਸੀ ਭਾਵੇਂ ਉਹ ਬਹੁਤ ਸਾਰੇ ਲੋਕਾਂ ਦੇ ਖਿਲਾਫ ਵੀ ਬੋਲਿਆ ਹੋਊਗਾ, ਲੇਕਿਨ ਤੁਹਾਨੂੰ ਪੂਰਾ ਚਾਂਸ ਦਿੱਤਾ ਗੱਲ ਕਰਨ ਵਾਸਤੇ। ਬਿਲਕੁਲ, ਮੈਂ ਕਿਹਾ, ਮੈਂ ਕਿਹਾ ਤੁਸੀਂ ਆਪਣੀ ਗੱਲ ਰੱਖੋ ਜੋ ਤੁਸੀਂ ਰੱਖਣਾ ਚਾਹੁੰਦੇ ਹੋ, ਮੈਂ ਜਵਾਬ ਦੇਵਾਂਗਾ। ਚਲੋ, ਉਹਨੇ ਟਾਈਮ ਵੇਸਟ ਕਰਤਾ, ਠੀਕ ਹੈ, ਹੋ ਸਕਦਾ ਉਹ ਗੱਲ ਜਿਹੜੀ ਉਹਨੂੰ ਪੂਰਾ ਹੱਕ ਸੀ ਗੱਲ ਕਹਿਣ ਦਾ, ਉਹ ਗੱਲ ਸਹੀ ਵੀ ਕਹਿ ਰਿਹਾ ਸੀਗਾ, ਪਰ ਉਹਨੇ ਟਾਈਮ ਵੇਸਟ ਕਰ ਦਿੱਤਾ। ਮੈਂ ਅਕਸਰ ਕਹਿੰਦਾ ਹੁੰਦਾ ਜੀ, ਇਹ ਦਰਬਾਰ ਤੁਹਾਡਾ ਹੀ ਹੈਗਾ, ਮੈਂ ਬੜਾ ਨਹੀਂ ਟਾਈਮ ਲਾਊਂਗਾ। ਭੋਗਲ ਸਾਹਿਬ ਨੇ ਪੋਇਟਰੀ ਕਹੀ ਆ, ਮੈਂ ਇੱਕ ਭੋਗਲ ਸਾਹਿਬ ਨੂੰ ਕਹਾਂਗਾ ਕਿ ਥੋੜ੍ਹੇ ਜਿਹੇ ਨਾ ਪੋਇਟਰੀ ਲਿਆਉਂਦੇ ਆ, ਦੇਖੋ ਉਹਨਾਂ ਦੀ 5-6 ਮਹੀਨੇ ਕਦੇ ਸਾਲ ਪਹਿਲਾਂ ਲਿਖੀ ਹੁੰਦੀ ਆ। ਹਾਂਜੀ, ਜਿਹਨੂੰ ਇਸ ਟਾਈਮ ਤੇ ਤੁਹਾਡਾ ਜਿਹੜੀ ਗੱਲ ਹੁੰਦੀ ਆ ਬਿਲਕੁਲ ਜਿਹਨੂੰ ਸਪੋਨਟੇਨੀਅਸ ਹੁੰਦੀ ਆ। ਹਾਂਜੀ, ਜਿਹਨੂੰ ਫਿਰ ਟਾਈਮ, ਜਿਹਨੂੰ ਪੋਇਟਰੀ, ਮੈਂ ਕਹਿੰਦਾ ਬੜੇ ਅੱਛੇ ਲਿਖਦੇ ਨੇ, ਮੈਂ ਉਹਨਾਂ ਦੀ ਬੜੀ ਸਿਫਤ ਕਰਦਾ ਹੈਗਾ, ਪਰ ਪੋਇਟਰੀ ਦੀਆਂ ਇੱਕ ਦੋ ਲਾਈਨਾਂ ਐਡਜਸਟ ਕਰਦਾ। ਚਲੋ ਭੋਗਲ ਜੀ, ਜੇ ਤੁਸੀਂ ਸੁਣ ਪਾ ਰਹੇ ਹੋ ਤਾਂ ਪੋਇਟਰੀ ਦੀ 2-4 ਲਾਈਨਾਂ ਐਡਜਸਟ ਕਰਦੇ ਕਰੋ, ਤਾਂ ਕਿ ਸਾਡੇ ਹੋਰ ਵੀ ਕਾਲਰ ਜਿਹੜੇ ਕਾਲ ਕਰਦੇ ਨੇ ਉਹਨਾਂ ਨੂੰ ਵੀ ਸਮਾਂ ਮਿਲ ਸਕੇ। ਚਲੋ, ਫਿਟ ਕਰ ਦੇਣ, ਬੜੀ ਖੁਸ਼ੀ ਦੀ ਗੱਲ ਹੈ। ਜੀ 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 ਜੀ, ਹਰਭਜਨ ਸਿੰਘ ਜੀ ਕੀ ਕਹਿ ਰਹੇ ਹੋ? ਉਹ ਤਾਂ ਉਹਨਾਂ ਦਾ ਅਡਵਾਰ ਰਿਹਾ, ਪਰ ਉਹਨਾਂ ਦੇ ਕੋਈ, ਚਲੋ ਠੀਕ ਹੈ, ਹਰ ਕਾਮ ਦਾ ਆਪਾਂ ਆਪਣੀ ਮੀਨ, ਉਹਨਾਂ ਦਾ ਘਟਾ ਰਹੇ ਮੁਚਾ ਰਿਹਾ, ਅਸਲ 'ਚ ਹਰ ਕਿਸੇ ਦਾ ਬਾਹਲਾ ਦੂਰ ਨਹੀਂ ਜਾਂਦਾ ਜੀ। ਆਜ਼ਾਦੀ ਤੋਂ ਬਾਅਦ ਨਾ ਜਿਸ ਮਤਲਬ ਜ਼ਮੂਨ ਨੇ, ਧਾਰਮਿਕ ਜ਼ਮੂਨ ਨੇ ਨਾ ਸਾਨੂੰ ਬੰਨਿਆ ਸੀਗਾ, ਸਾਨੂੰ ਬਰਬਾਦ ਕੀਤਾ ਸੀ, ਅਸੀਂ ਉਹਨੂੰ ਕੰਟਰੋਲ 'ਚ ਨਹੀਂ ਲਿਆਂਦਾ। ਬਿਲਕੁਲ ਜੀ ਜੀ ਜੀ, ਹਰ ਇੱਕ ਪਾਰਟੀ ਨੇ ਕੰਟਰੋਲ 'ਚ ਨਹੀਂ ਲਿਆਂਦਾ, ਉਹਦੀ ਸਜ਼ਾ ਅਸੀਂ ਅੱਜ ਪਾ ਰਹੇ ਹਾਂ। ਜੀ ਜੀ, ਅਸੀਂ ਜਿਹੜੇ ਧਾਰਮਿਕ ਜ਼ਮੂਨ ਸੀ ਇਹਨਾਂ ਨੂੰ ਆਪਣੇ ਧਾਰਮਿਕ ਜਗ੍ਹਾ ਤੇ ਰੱਖਦੇ ਨਾ, ਯੂਨੋ, ਇਹਨਾਂ ਨੂੰ ਮਤਲਬ ਬਾਕੀ ਲਾਈਫ 'ਚ ਅਸੀਂ ਇੰਟਰਫੇਅਰ ਨਾ ਕਰਨ ਦਿੰਦੇ, ਤੇ ਅੱਜ ਸਾਡੀ ਸਿਚੁਏਸ਼ਨ ਇਹਨਾਂ ਮੌਕਾ ਹਰ ਕਈ ਤੋਂ ਦੇਖਦਾ, ਕ੍ਰਿਸਚਨ ਲੋਕ ਇਸ ਮੌਕੇ ਮੈਂ ਇੰਗਲੈਂਡ 'ਚ ਰਹਿੰਦਾ, ਯੂਨੋ, ਹਰ ਇੱਕ ਆਦਮੀ ਨੂੰ ਆਪਣੀ ਆਪਣੇ ਧਰਮ ਮੰਨਣ ਦੀ ਖੁੱਲੀ ਛੁੱਟੀ ਆ, ਸਮਝ ਗਿਆ? ਜੀ 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 ਜੀ, ਫ੍ਰੀਡਮ ਆਫ ਸਪੀਚ ਦੀ ਗੱਲ ਅਸੀਂ ਕਰ ਰਹੇ ਹਾਂ। ਕਿਹਨੇ ਆਉਣ ਦਿੰਦੇ? ਜੀ 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 ਜੀ, ਉਹਨੂੰ ਪਾਰਲੀਮੈਂਟ ਦੇ ਲੱਗ ਨਹੀਂ ਲੱਗਣ ਦਿੰਦੇ ਜੀ, ਯੂਨੋ, ਅਗਰ ਉਹ ਕਰਦੇ ਆ ਤਾਂ ਉਹ ਮੰਨ ਲੈ ਜਿਹਨੂੰ ਘੋੜੇ 'ਚ ਘੋੜਾ ਸਵਾਰ ਲਿਆ ਕੇ ਚੜ ਜਾਂਦੇ, ਪਰਵਾਹ ਨਹੀਂ ਕਰਦੇ, ਤੇਰਾ ਕਿਹੜਾ ਧਰਮ ਹੈ, ਤੇਰਾ ਕਿਹੜਾ ਧਰਮ ਨਹੀਂ ਹੈਗਾ, ਸਮਝ ਗਏ ਨਾ? ਜੀ ਜੀ, ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਆਪਣਾ ਧਰਮ ਮੰਨਣਾ ਚਾਹੀਦਾ, ਉਹਦੀ ਇੱਜ਼ਤ ਕਰਨੀ ਚਾਹੀਦੀ ਹੈ, ਧਰਮ ਕੋਈ ਮਾੜਾ ਨਹੀਂ ਗਾ, ਲੇਕਿਨ ਜਿਹੜਾ ਜਨੂਨ ਆ ਨਾ ਉਹ ਬਹੁਤ ਭੈੜੀ ਚੀਜ਼ ਆ। ਜੇ ਨਾ ਕਿਸੇ ਮੁਲਕ ਦਾ ਬੇੜਾ ਗਰਕ ਕਰਨਾ ਹੋਵੇ, ਕਿਸੇ ਕੌਮ ਦਾ, ਕਿਸੇ ਭਾਈਵੰਡ ਦਾ ਬੇੜਾ ਗਰਕ ਕਰਨਾ ਹੋਵੇ ਨਾ, ਉਹਦੇ ਗਲ ਵਿੱਚ ਨਾ ਧਰਮ ਦਾ ਜ਼ਹਿਰ, ਧਰਮ ਉਹਦੇ ਗਲ 'ਚ ਪਾ ਦਿਓ, ਉਹ ਕਦੀ ਨਹੀਂ ਉੱਠੇਗਾ। ਸਾਡੀ ਪ੍ਰੋਬਲਮ ਇਹ ਆ, ਲੇਕਿਨ ਨਾ ਕਈਆਂ ਲੋਕਾਂ ਨੂੰ ਇਸ ਚੀਜ਼ ਦੀ ਮੇਰੀ ਤਕਲੀਫ ਹੋਣੀ ਆ ਕਿ ਜਿਹਨੂੰ ਬੜੀ ਖੁਸ਼ ਖੁਸ਼ੀ ਦੀ ਗੱਲ ਹੈ, ਧਰਮ ਨੂੰ ਮੰਨੋ, ਇਹ ਧਰਮ ਨੇ ਮਤਲਬ ਸਾਨੂੰ ਪਿੱਛੇ ਰੱਖਿਆ ਆ, ਇਹ ਸਾਡਾ ਬੇੜਾ ਗਰਕ ਹੀ ਇਹ ਕਰ ਰਿਹਾ ਹੈਗਾ, ਹੋਰ ਕੁਛ ਨਹੀਂ ਕਰ ਰਿਹਾ। ਦੂਸਰੀ ਗੱਲ ਤੁਹਾਨੂੰ, ਆਜ਼ਾਦੀ ਨਾ ਹੁੰਦੀ ਤਾਂ ਜਿੱਦਾਂ ਦੇ ਮੇਰੇ ਮਾਂ ਪਿਓ ਅਨਪੜ੍ਹ ਰਹਿੰਦੇ ਸੀ, ਮੈਂ ਵੀ ਉਦਾਂ ਹੀ ਅਨਪੜ੍ਹ ਆ ਜਾਂਦੀ, ਮੈਂ ਉਸੇ ਤਰੀਕੇ ਨਾਲ ਘਾਹ ਖੋਦਿਆ ਜਿੱਦਾਂ ਮੇਰੇ ਮਾਂ ਪਿਓ ਨੇ ਖੋਦਿਆ, ਸਮਝੇ ਨਾ? ਇਹ ਮੇਰੀ ਆਜ਼ਾਦੀ ਆ ਜਿਹਨੇ ਮੈਨੂੰ ਤੇਰੇ ਨਾਲ ਬੋਲਣ ਵਾਸਤੇ ਤਾਕਤ ਦਿੱਤੀ ਆ, ਸਮਝੇ ਨਾ? ਮੇਰੇ ਖਾਨਦਾਨ ਨੂੰ ਤਾਕਤ ਦਿੱਤੀ ਆ, ਮੇਰੇ ਪਰਿਵਾਰ ਨੂੰ ਤਾਕਤ ਦਿੱਤੀ ਆ, ਜਿੱਥੇ ਨਾ ਗੱਡੇ ਹੁੰਦੇ ਸੀਗੇ, ਲੱਕੜੀ ਦੇ ਪੜਗੋ ਹੁੰਦੇ ਸੀਗੇ, ਸਾਡੇ ਘਰਾਂ 'ਚ ਉਹ ਗੱਡੇ ਨਹੀਂ ਸੀ ਅਸੀਂ ਅਫੋਰਡ ਕਰ ਸਕਦੇ। ਅੱਜ ਪੰਜਾਬ ਦੇ ਵਿੱਚ ਮਰਸੀਡੀਆਂ, ਮਤਲਬ ਪ੍ਰਾਈਵੇਟ ਪ੍ਰਾਈਵੇਟ ਨੰਬਰ ਦੀਆਂ ਤੈਨੂੰ ਪਤਾ ਹੀ ਆ, ਮਰਸੀਡੀਆਂ ਹੈਗੀਆਂ, ਬਾਕੀ ਲੋਕਾਂ 'ਚ ਹੈ ਨਹੀਂ ਆ। ਹਰ ਘਰ ਦੇ ਵਿੱਚ ਮਤਲਬ 4-5 ਵੀਲ ਦੀਆਂ ਗੱਡੀਆਂ ਤੁਰੀਆਂ ਫਿਰਦੀਆਂ, 4-4 ਮੋਟਰਸਾਈਕਲ ਖੜੇ ਆ, ਵੱਡੀਆਂ ਬਿਲਡਿੰਗਾਂ ਖੜੀਆਂ, ਫਿਰ ਕਹਿੰਦੇ ਉੱਥੇ ਕੁਛ ਹੋਇਆ ਹੀ ਨਹੀਂ ਗਾ। ਯੂਨੋ, ਅਸੀਂ ਆਪਣੇ ਬੇੜਾ ਆਪ ਗਰਕ ਕਰ ਰਹੇ ਹਾਂ, ਇਹਨਾਂ ਮੁਲਕਾਂ 'ਚ ਆ ਕੇ ਨਾ ਅਸੀਂ ਉਸ ਮੁਲਕ ਦਾ ਬੇੜਾ ਗਰਕ ਕਰਨ ਜਾਂਦੇ ਹਾਂ। ਤੁਸੀਂ ਆ ਗਏ ਇੱਥੇ, ਬੜੀ ਖੁਸ਼ੀ ਦੀ ਗੱਲ ਆ, ਚੰਗੀ ਜ਼ਿੰਦਗੀ ਕੱਟੋ, ਪਰ ਅਸੀਂ ਕਰਦੇ ਕੀ ਆ, ਅਸੀਂ ਉਸ ਮੁਲਕ ਦਾ ਬੇੜਾ ਗਰਕ ਕਰ ਗਏ ਜਿੱਥੇ ਅਸੀਂ ਜਾਣਾ ਹੀ ਨਹੀਂ ਗਾ, ਨਾ ਸਾਡੇ ਬੱਚਿਆਂ ਨੂੰ ਜਾਣਾ, ਇਸ ਦੀ ਪ੍ਰੋਬਲਮ। ਮੈਨੂੰ ਕਦੇ
ਉਹਨੂੰ ਕੋਈ ਕੁਛ ਨਹੀਂ ਕਹਿੰਦਾ, ਤੈਨੂੰ ਫ੍ਰੀਡਮ ਨੂੰ ਮੰਨਣ ਦੇ। ਜੇ ਇੱਥੋਂ ਤੱਕ ਤੁਸੀਂ ਪਾਕਿਸਤਾਨ ਦੇ ਵਿੱਚ ਨਾ ਜਾ ਕੇ ਕੋਈ ਕਹਿੰਦੇ ਆ ਕਿ ਸਾਨੂੰ ਬਲੋਚਿਸਤਾਨ ਚਾਹੀਦਾ, ਸਾਨੂੰ ਮਤਲਬ ਕਰਾਚੀ ਚਾਹੀਦੀ ਆ, ਸਾਨੂੰ ਸਿੰਧ ਵੱਖਰਾ ਕਰਨਾ, ਤੁਹਾਨੂੰ ਕੰਧ ਦੇ ਨਾਲ ਲਾ ਕੇ ਦੂਏ ਨੂੰ ਸ਼ੂਟ ਕਰ ਦੇਣਗੇ। ਇਹਨਾਂ ਲੋਕਾਂ ਨੂੰ ਆਜ਼ਾਦੀ ਦਾ ਪਤਾ ਹੀ ਨਹੀਂ ਆਜ਼ਾਦੀ ਕੀ ਹੁੰਦੀ ਆ। ਇੱਥੇ ਆਣ ਕੇ ਬਿਲਾ ਵਜ੍ਹਾ ਧਾਰਮਿਕ ਜ਼ਮੀਨ ਦੇ ਵਿੱਚ ਬਹੁਤ ਬੜੀਆਂ ਗੱਲਾਂ ਕਹਿ ਜਾਂਦੇ ਆ, ਇਹਨਾਂ ਨੂੰ ਪਤਾ ਹੀ ਨਹੀਂ ਆਜ਼ਾਦੀ ਕੀ ਹੁੰਦੀ ਆ। ਆਜ਼ਾਦੀ ਆਜ਼ਾਦੀ ਇਹ ਆ ਕਿ ਇਸ ਮੁਲਕ 'ਚ ਆਣ ਕੇ ਇਸ ਆਜ਼ਾਦੀ ਦੇ ਤੁਹਾਨੂੰ ਹੱਕ ਦਿੱਤੇ ਅਤੇ ਤੁਸੀਂ ਆਪਣੇ ਮਰਜ਼ੀ ਨਾਲ ਜ਼ਿੰਦਗੀ ਜੀ ਸਕਦੇ ਹੋ, ਆਪਣਾ ਪਹਿਰਾਵਾ ਪਾ ਸਕਦੇ ਹੋ, ਤੁਸੀਂ ਆਜ਼ਾਦ ਮੁਲਕ ਦੇ ਲੋਕ ਹੋ। ਜੀ ਜੀ, ਥੈਂਕ ਯੂ ਵੈਰੀ ਮੱਚ। ਮੈਂ ਜਜ਼ਬਾਤਾਂ ਦੀ ਕਦਰ ਕਰਦਾ ਤੁਹਾਡੀ ਹਰਭਜਨ ਸਿੰਘ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਅਸੀਂ ਪ੍ਰਤੀਕਰਮ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਦੂਜੇ ਮੀਡੀਆ ਦਾ ਪਤਾ ਨਹੀਂ ਜੀ, ਲੇਕਿਨ ਅਸੀਂ ਆਪਣੀ ਕੋਸ਼ਿਸ਼ ਔਰ ਜਸ ਬ੍ਰੋਡਕਾਸਟਿੰਗ ਦਾ ਟੀਚਾ ਰਹਿੰਦਾ ਹੈ ਕਿ ਹਮੇਸ਼ਾ ਉਹਨਾਂ ਖਬਰਾਂ ਦੇ ਉੱਤੇ ਤੁਹਾਡੇ ਨਾਲ ਗੱਲ ਕੀਤੀ ਜਾਏ ਜੋ ਕਿ ਵਾਕਈ ਇੱਕ ਤਾਂ ਔਥੈਂਟੀਕੇਟ ਕਰਕੇ ਤੁਹਾਡੇ ਸਾਹਮਣੇ ਰੱਖਦੇ ਹਾਂ, ਔਰ ਅਸੀਂ ਬਿਲਕੁਲ ਨਿਊਟਰਲ ਗੱਲ ਕਰਦੇ ਹਾਂ, ਨਾ ਤਾਂ ਅਸੀਂ ਕਿਸੇ ਦੇ ਪੱਖਪਾਤ ਕਰਦੇ ਹਾਂ ਔਰ ਨਾ ਹੀ ਅਸੀਂ ਕਿਸੇ ਦੀ ਹਿਮਾਇਤ ਕਰਦੇ ਹਾਂ ਔਰ ਨਾ ਹੀ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ। ਜੋ ਸੱਚ ਹੈਗਾ ਸੱਚ ਹੈ ਔਰ ਤੁਸੀਂ ਹੀ ਫੈਸਲਾ ਕਰਦੇ ਹੋ। ਇਹ ਓਪਨ ਜਿਹੜਾ ਅਸੀਂ ਮੁੱਦਾ ਰੱਖਦੇ ਹਾਂ, ਓਪਨ ਡਿਬੇਟ ਰੱਖਦੇ ਹਾਂ, ਇਹ ਤੁਹਾਡੇ ਲਈ ਰੱਖਦੇ ਤਾਂ ਕਿ ਤੁਸੀਂ ਘਰ ਦੇ ਵਿੱਚ ਬਹਿ ਕੇ ਆਪਣੇ ਦਿਮਾਗ ਦੇ ਨਾਲ ਸੋਚ ਕੇ ਆਪਣੇ ਜ਼ਿਹਨ ਦੇ ਵਿੱਚ ਗੱਲਾਂ ਨੂੰ ਪਾ ਕੇ ਡਿਸਾਈਡ ਕਰੋ, ਕਨਕਲੂਜਨ ਕੱਢੋ, ਸਾਨੂੰ ਦੱਸੋ। ਇਹੀ ਗੱਲ ਅਸੀਂ ਅੱਜ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਕਰਾਂਗੇ ਇਹਨਾਂ ਗੱਲਾਂ ਦੇ ਉੱਤੇ ਗੱਲਬਾਤ ਇਸ ਬ੍ਰੇਕ ਤੋਂ ਉਸ ਪਾਰ।